ਸਤਿ ਸ਼੍ਰੀ ਅਕਾਲ ਪੰਜਾਬ ਵਾਲਿਓ, ਆ ਤੁਹਾਨੂੰ ਮਾਨਤਾ ਟੈਕ ਪਾਰਕ ਦੀ ਇੱਕ ਸਾਈਡ ਦਿਖਾਉਣ ਲੱਗਾ ਮੈਂ। ਬੰਗਲੌਰ ਦੇ ਵਿੱਚ ਮਾਨਤਾ ਟੈਕ ਪਾਰਕ ਆਏ ਅਤੇ ਇੱਥੇ 1 ਲੱਖ ਤੋਂ ਉੱਪਰ ਬੰਦਾ ਜੋਬ ਕਰਦਾ ਸੋਫਟਵੇਅਰ ਆਈਟੀ ਕੰਪਨੀ ਦੇ ਵਿੱਚ, ਠੀਕ ਆ। ਅਤੇ 25 ਤੋਂ 30 ਆਈਟੀ ਕੰਪਨੀਆਂ ਜਿਹੜੀਆਂ ਇੱਥੇ ਹੈਗੀਆਂ। ਇੱਕੇ ਪਾਸਿਓਂ ਲੱਗਦਾ ਕਿ ਵੀ ਇੰਡੀਆ ਹੋਵੇ ਜਾਂ ਆਪਣਾ ਦੇਸ਼ ਹੋਵੇ, ਪਰ ਬੰਗਲੌਰ ਦੇ ਵਿੱਚ ਆ। ਇਹ ਮੈਂ ਸਿਰਫ ਤੁਹਾਨੂੰ 1 ਸਾਈਡ ਹੀ ਦਿਖਾ ਲੈਂਦਾ, ਅਜੇ ਫਿਰ ਕਿਸੇ ਦਿਨ ਸਾਰਾ ਵੀ ਦਿਖਾਵਾਂਗੇ। ਅਤੇ ਇਹ ਲਗਭਗ 200 ਤੋਂ 300 ਏਕੜ ਦੇ ਵਿੱਚ ਬਣਿਆ ਆ, ਅਤੇ ਜਿਹਦੇ ਵਿੱਚੋਂ 80 ਏਕੜ ਜਿਹੜਾ ਵਾ ਉਹ ਰੈਜੀਡੈਂਸ ਏਰੀਆ, ਅਤੇ ਬਾਕੀ ਸਾਰਾ ਸੋਫਟਵੇਅਰ ਵਾਲਾ ਏਰੀਆ। 20 ਏਕੜ ਦਿੱਤਾ ਆ ਇੱਥੇ ਅੰਦਰ ਹੀ ਆਪਣਾ ਗਾਰਡਨਿੰਗ ਦੇ ਲਈ, ਕਿ ਜਿਹੜੇ ਇੰਪਲੋਈ ਆਪਣੇ ਵੈਜੀਟੇਬਲ ਉਗਾ ਸਕਦੇ ਆ, ਠੀਕ ਆ। ਅਤੇ ਇੰਨਾ ਸਾਫ਼ ਸੁਥਰਾ ਅਤੇ ਇੰਨਾ ਵਧੀਆ ਵਾ, ਅਤੇ ਲਗਭਗ 1 ਲੱਖ ਬੰਦਿਆਂ ਨੂੰ ਜੋਬ ਮਿਲਦੀ ਪਈ ਆ ਇੱਥੇ। ਅਤੇ ਇੱਥੇ ਲਗਭਗ 20-25 ਕੰਪਨੀਆਂ। ਅਤੇ ਬੰਗਲੌਰ ਦੀ ਗੱਲ ਕਰੋ ਤਾਂ ਇਹੋ ਜਿਹੇ ਕਿੰਨੇ ਟੈਕ ਪਾਰਕ ਆ ਪੂਰੇ ਬੰਗਲੌਰ ਦੇ ਸ਼ਹਿਰ ਦੇ ਵਿੱਚ, ਅਤੇ ਕਿੰਨੀਆਂ ਆਈ ਟੀ ਕੰਪਨੀਆਂ, ਅਤੇ ਕਿੰਨਾ ਰੁਜ਼ਗਾਰ ਆ, ਅਤੇ ਕਿੰਨੇ ਵਧੀਆ ਤਰੀਕੇ ਨਾਲ ਇੱਥੇ ਮੈਨੇਜ ਕੀਤਾ ਆ ਸਾਰਾ ਕੁਛ। ਅਤੇ ਜੇ ਤੁਸੀਂ ਆਈ ਟੀ ਕੰਪਨੀਆਂ ਦੀ ਗੱਲ ਕਰੋ, IBM, ਫਿਲਿਪਸ ਹੋ ਗਈ ਜਿੱਦਾਂ ਨਾ, ਰੋਇਲਸ ਰੋਇਸ, ਲੋਇਸ, ਨੋਕੀਆ ਨੈਟਵਰਕਸ, ਅਤੇ ਹਰਮਨ, ਅਤੇ IBM, ਅਤੇ ਹੋਰ ਹੀ ਲਗਭਗ 25 ਤੋਂ 30 ਕੰਪਨੀਆਂ ਇੱਥੇ ਹੋਈਆਂ। ਅਤੇ ਆਹ ਲੋਕਡਾਊਨ ਦੇ ਟਾਈਮ ਇਹਨੂੰ ਫਿਰ ਪੂਰਾ ਰੈਨੋਵੇਟ ਕਰਤਾ। ਅਤੇ ਇੱਕ ਵਾਰੀ ਤੁਸੀਂ ਅੰਦਰ ਲੱਗੋਗੇ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਤੁਸੀਂ ਇੰਡੀਆ ਦੇ ਵਿੱਚ ਜੇ ਕਿਤੇ, ਜਾਂ ਆਪਣੇ ਦੇਸ਼ 'ਚ, ਜਾਂ ਕਿਤੇ ਬਾਹਰ ਦੇ ਦੇਸ਼ 'ਚ, ਠੀਕ ਹੈ। ਅਤੇ ਹਰ ਇੱਕ ਕੰਪਨੀ ਦੇ ਨਾਲ ਅਟੈਚ ਪਾਰਕਿੰਗ ਆ, ਫਿਰ ਇੱਕ ਉੱਪਰ ਫੁੱਟਬਾਲ ਅਰੀਨਾ ਰੂਫ ਦੇ ਉੱਤੇ ਇੱਕ ਪਲੇ ਏਰੀਆ ਵਾ। ਅਤੇ ਸਾਡੇ ਵਾਲੇ ਪੰਜਾਬ ਵਾਲੀਆਂ ਸਰਕਾਰਾਂ ਨੂੰ ਕੀ ਮੌਤਾਂ ਪੈਂਦੀਆਂ, ਇਹ ਕਿਉਂ ਨਹੀਂ ਇਹੋ ਜਿਹੇ ਟੈਕ ਪਾਰਕ ਬਣਾ ਸਕਦੀਆਂ ਕਿ ਜਿੱਥੇ 1 ਲੱਖ ਬੰਦੇ ਨੂੰ ਰੁਜ਼ਗਾਰ ਮਿਲ ਰਿਹਾ, ਉਹ ਵੀ ਸੋਫਟਵੇਅਰ 'ਚ, ਆਈ ਟੀ 'ਚ। ਵਧੀਆ ਲਾਈਫ ਹੈ ਇੱਥੇ ਲਗਭਗ, ਅਤੇ ਐਵਰੇਜ ਲਾ ਲਓ ਕਿ 7-8 ਲੱਖ ਤੋਂ ਸਟਾਰਟ ਹੁੰਦਾ ਪੈਕੇਜ ਜਦੋਂ ਬੰਦਾ ਜੋਬ ਕਰਦਾ, ਠੀਕ ਹੈ। ਗੱਲ ਹਿੰਮਤਾਂ ਮਾਰਨ ਦੀ ਆ, ਅਤੇ